ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਕਲਾਸ ਦੇ ਸ਼ੁਰੂ ਹੋਏ ਪੇਪਰਾਂ ਦੇ ਦੌਰਾਨ ਫਾਜ਼ਿਲਕਾ 'ਚ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਹੰਗਾਮਾ ਕੀਤਾ ਗਿਆ। ਉਹਨਾਂ ਦਾ ਆਰੋਪ ਸੀ ਕਿ ਉਹਨਾਂ ਦੇ ਬੱਚਿਆਂ ਨੂੰ ਪੇਪਰ 'ਚ ਬੈਠਣ ਨਹੀਂ ਦਿੱਤਾ ਗਿਆ ਅਤੇ ਉਹਨਾਂ ਨੂੰ ਕਿਸੇ ਰੰਜਿਸ਼ ਦੀ ਵਜ੍ਹਾ ਦੇ ਨਾਲ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਟੀਚਰਾਂ ਨੇ ਪੇਪਰ 'ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ। 10 ਵਜੇ ਦਾ ਟਾਈਮ ਸੀ ਪੇਪਰ ਦੇਣ ਦਾ, ਰੋਲ ਨੰਬਰ ਨਹੀਂ ਆਏ, 11 ਵਜੇ ਬਿਠਾਇਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਅੱਗੇ 11:15 ਵਜੇ ਕਹਿੰਦੇ ਤੁਸੀਂ ਜਾਲੀ ਬੱਚੇ ਹੋ। ਉਹਨਾਂ ਨੇ ਪੇਪਰ ਖੋਲਿਆ, ਫਿਰ 11:30 ਪੇਪਰ ਦਿੱਤਾ। ਉਸ ਤੋਂ ਬਾਅਦ ਫਿਰ 12:15 ਖੋਲਿਆ ਪੇਪਰ, ਫਿਰ 1:15 ਮੇਰੇ ਪਾਪਾ ਆਏ ਨੇ, ਫਿਰ ਉਹਨਾਂ ਨੇ ਪੇਪਰ ਦਵਾਇਆ। ਕਹਿੰਦੇ ਸੀ ਤੁਹਾਡਾ ਤਾਂ ਇਹ ਤਾਂ ਤੁਸੀਂ ਅੱਜ ਆਧਾਰ ਕਾਰਡ ਬਣਵਾ ਕੇ ਲਿਆਏ ਹੋ, ਕਿਸੇ ਹੋਰ ਦੀ ਜਗ੍ਹਾ 'ਤੇ ਬੈਠੇ ਹੋਏ ਹੋ ਪੇਪਰ ਦਵਾਇਆ। ਕਹਿੰਦੀ ਤੁਸੀਂ ਜੇਲੀ ਹੋ, ਕਮਰੇ ਤੋਂ ਬਾਹਰ ਹੋ, ਜੋ ਕਿਸੇ ਦੇ ਪੇਪਰ ਦੇਣ ਆਏ ਬੈਠੇ ਤੋ, ਦੇਖੋ ਕੋਈ ਸਬੂਤ ਨਹੀਂ ਹੈਗਾ, ਕੋਈ ਟੀਚਰਾਂ ਦਾ ਨਾਂ ਵਗੈਰਾ ਨੰਬਰ ਨਹੀਂ ਹੈਗਾ। ਉਹਨਾਂ ਬੰਦਿਆਂ ਨੇ ਇਹ ਸੋਚਿਆ ਸੀ ਵੀ ਅਸੀਂ ਚਲੋ ਅੱਜ ਜਦੋਂ ਸਰਪੰਚ ਦੇ ਬੱਚੇ ਇੱਥੇ ਪੜ੍ਹਨਗੇ ਅਸੀਂ ਸਾਰੇ ਬੱਚਿਆਂ ਨੂੰ ਅਸੀਂ ਮੰਨ ਲਓ ਪੇਪਰਾਂ ਤੋਂ ਵਿੱਚੋਂ ਫੇਲ ਕਰਾਵਾਂਗੇ। ਇਹਦੀ ਵਜ੍ਹਾ ਕਾਰਨ ਜਿਹੜੇ ਮੇਰੇ ਇਕੱਲੇ ਮੇਰੇ ਪਰਿਵਾਰ ਦੇ ਬੱਚਿਆਂ ਉੱਤੇ ਉਹਨੇ ਆਫਤ ਕਰੀ ਰੱਖੀ, ਸਾਰਾ ਕੁਝ ਫੋਟੋ ਵੀ ਨਾਲ ਮੈਚ ਖਾਂਦੀ ਆ। ਜਦੋਂ 12:45 ਵਜੇ ਸੁਪਰਡੈਂਟ ਕੋਲ ਗਏ ਹਾਂ ਕਹਿੰਦੀ ਫੋਟੋ ਮੈਚ ਨਹੀਂ ਖਾਂਦੀ, ਜਦੋਂ ਦੇਖਿਆ ਫੋਟੋ ਵੀ ਮੈਚ ਖਾਧਾ, ਸਾਰਾ ਕੁਝ ਹੋਇਆ। ਬਾਅਦ ਦੇ ਵਿੱਚ ਕਹਿੰਦੀ ਨਹੀਂ ਨਹੀਂ ਠੀਕ ਆ, ਫਿਰ ਬੱਚਿਆਂ ਨੂੰ ਪੇਪਰ ਫੜਾ ਵੀ ਦਿੱਤੇ। ਜੇ ਬੱਚੇ ਗਲਤ ਸੀ ਫਿਰ 15 ਮਿੰਟ ਪੇਪਰ ਕਿਉਂ ਕਰਵਾਇਆ ਬੱਚਿਆਂ ਤੋਂ? ਨਹੀਂ ਫਿਰ ਉਹਦੇ ਪੁਲਿਸ ਮੰਗਾ ਕੇ ਬੱਚਿਆਂ 'ਤੇ ਕਾਰਵਾਈ ਕਰਾਉਂਦੀ ਜਾਂ ਸਾਡੇ 'ਤੇ ਕਰਾਉਂਦੀ? ਅਸੀਂ ਇਹ ਕਹਿੰਦੇ ਹਾਂ ਵੀ ਇਹਦੇ 'ਤੇ ਹੁਣ ਸਖ਼ਤ ਕਾਰਵਾਈ ਚਾਹੀਦੀ ਹੈ। ਛੋਟੇ ਛੋਟੇ ਬੱਚੇ ਆ, ਤੁਸੀਂ ਦੇਖ ਲਿਆ ਕੋਈ ਲੜਕੀਆਂ ਦਾ ਕੋਈ ਆਈਡੀ ਦਾ ਰੌਲਾ ਸੀਗਾ, ਉਹਦੇ ਬਾਰੇ ਸੁਪਰਡੈਂਟ ਦੱਸ ਸਕਦਾ? ਉਹਦੇ ਬਾਰੇ ਮੈਨੂੰ ਨਹੀਂ ਪਤਾ। ਹੁਣ ਜਿਹੜਾ ਇਸ ਟਾਈਮ ਜਿਹੜਾ ਪੇਪਰ ਹੈਗਾ ਉਹ ਸਹੀ ਸਲਾਮਤ ਚੱਲ ਰਿਹਾ ਹੈਗਾ। ਇਹਨਾਂ ਨੂੰ ਮੈਂ ਸਮਝਾਇਆ ਹੈਗਾ ਵੀ ਜੇਕਰ ਇਹਨਾਂ ਨੂੰ ਕੋਈ ਗਿਲਾ ਹੈਗਾ ਇਹ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲ ਸਕਦੇ ਆ, SDM ਸਾਹਿਬ ਨੂੰ ਮਿਲ ਸਕਦੇ ਆ, DC ਸਾਹਿਬ ਨੂੰ ਮਿਲ ਸਕਦੇ ਆ। ਇਹ ਕਹਿੰਦੇ ਆ ਵੀ ਹੁਣੇ ਮਿਲਾਓ ਸੁਪਰਡੈਂਟ ਸਾਹਿਬ ਨੂੰ ਜਾਂ ਉਹਨੂੰ, ਤਾਂ ਉਹ ਪੇਪਰ ਦੀ ਡਿਊਟੀ ਚੱਲ ਰਹੀ ਹੈ। ਉਹ ਕਹਿੰਦੇ ਵੀ ਅਸੀਂ ਪੇਪਰ ਖਤਮ ਹੋਣ ਤੋਂ ਬਾਅਦ ਜੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਰਾਂਗੇ। ਉਸ ਤੋਂ ਪਹਿਲਾਂ ਕੋਈ ਸਟਾਫ ਨੂੰ ਵੀ ਕੀਤਾ ਹੈਗਾ ਬਾਹਰ? ਸਟਾਫ ਨੂੰ ਜਿਹੜਾ ਹੈਗਾ ਬਾਕੀ ਸਕੂਲ ਸਟਾਫ ਸੀਗਾ ਉਹਨੂੰ ਇਹਨਾਂ ਨੇ ਬਾਹਰ ਨਿਕਲ ਤੋਂ ਰੋਕਦੇ ਸੀਗੇ, ਇਸ ਕਰਕੇ ਸਾਨੂੰ ਆਉਣਾ ਪਿਆ। ਉਹਨਾਂ ਨੂੰ ਸਟਾਫ ਨੂੰ ਅਸੀਂ ਸਹੀ ਸਲਾਮਤ ਆਪਣੇ ਆਪਣੇ ਘਰੇ ਭੇਜ ਦਿੱਤਾ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।